ਮੈਂ ਇੱਕ ਗੱਲ ਕਰਨੀ ਤੁਹਾਡੇ ਨਾਲ। ਇਹਨੂੰ ਬੰਦ ਕਰੋਗੇ? 2 ਮਿੰਟ ਕਰ ਲਾ ਗੱਲ, ਸੁਣਨ ਦਿਆ। ਮੈਂ ਮੇਰੀ ਗੱਲ ਸੁਣੋ, ਤੁਹਾਡੀ ਮਾਂ ਨੇ ਤੇ ਫੈਸਲਾ ਸੁਣਾਤਾ ਮੈਨੂੰ ਕਿ ਜੇ ਤੂੰ ਉੱਥੋਂ ਕੁਝ ਨਹੀਂ ਲੈ ਕੇ ਆਉਣਾ, ਸਾਰਾ ਖਰਚਾ ਸਾਡੇ ਸਿਰ ਆ, ਤੇ ਇੱਥੋਂ ਚੱਲ ਜਾ, ਇੱਥੇ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਹੈ। ਅੱਗੋਂ ਤੁਸੀਂ ਦੱਸ ਦਿਓ ਕਿ ਤੁਹਾਡਾ ਕੀ ਫੈਸਲਾ ਆ। ਸਹੀ ਕਹਿੰਦੇ ਮੰਮੀ, ਮੰਮੀ ਕੁਛ ਗਲਤ ਕਹਿੰਦੇ? ਅਮਨ ਇੱਕ ਵਾਰੀ ਖਿਆਲ ਕਰੋ, ਅਸੀਂ ਪਿਆਰ ਕੀਤਾ ਸੀ ਇੱਕ ਦੂਜੇ ਨਾਲ, ਅਸੀਂ ਕਸਮਾਂ ਖਾਧੀਆਂ ਸੀ ਕਿ ਅਸੀਂ ਇਕੱਠੇ ਰਵਾਂਗੇ, ਕਦੀ ਇੱਕ ਦੂਜੇ ਦਾ ਸਾਥ ਨਹੀਂ ਛੱਡਾਂਗੇ। ਕਿੱਥੇ ਗਿਆ ਉਹ ਸਾਰਾ ਕੁਝ? ਸਾਰਾ ਕੁਝ ਤੁਸੀਂ ਪੈਸੇ 'ਚ ਤੋਲ ਦਿੱਤਾ। ਕੁਛ ਤੇ ਧਿਆਨ ਕਰੋ ਇਹਨਾਂ ਗੱਲਾਂ ਦਾ, ਜੋ ਤੁਹਾਡੀ ਮਾਂ ਕਰਦੀ ਉਹੀ ਫੈਸਲਾ ਤੁਸੀਂ ਲੈਂਦੇ ਹੋ, ਤੁਹਾਡਾ ਆਪਣਾ ਕੋਈ ਵਜੂਦ ਨਹੀਂ ਹੈਗਾ। ਕਿਹੜੇ ਪਿਆਰ ਦੀ ਗੱਲ ਕਰਨੀ? ਇੱਕ ਗੱਲ ਕੰਨ ਖੋਲ ਕੇ ਸੁਣ ਲਾ, ਮੈਂ ਪਿਆਰ ਤੈਨੂੰ ਨਹੀਂ ਤੇਰੀ ਜਾਇਦਾਦ ਨੂੰ ਕੀਤਾ ਸੀ। ਹੁਣ ਜਦ ਤੂੰ ਕਹਿੰਦੀ ਮੈਂ ਕੁਛ ਲਿਆ ਹੀ ਨਹੀਂ ਸਾਦੀ, ਫਿਰ ਕਾਹਦਾ ਪਿਆਰ? ਪਿਆਰ ਲੱਭਣ ਦੀ ਸ਼ਰਮ ਕਰੋ ਕੁਛ, ਥੋੜ੍ਹਾ ਬਹੁਤਾ ਤੇ ਰੱਬ ਤੋਂ ਡਰੋ ਕਿ ਮੈਂ ਕੀ ਕਰਨ ਡਿਆ। ਉਦੋਂ ਤੇ ਤੁਸੀਂ ਮੈਨੂੰ ਕਿਹਾ ਸੀ ਕਿ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਨਾ ਕਰਾਏਂਗੀ ਮੈਂ ਬਚਦਾ ਹੀ ਨਹੀਂ ਤੇਰੇ ਬਿਨਾਂ, ਅਸੀਂ ਸਦਾ ਇਕੱਠੇ ਰਵਾਂਗੇ, ਇੱਕ ਦੂਜੇ ਦੇ ਦੁੱਖ 'ਚ ਸਾਥੀ ਬਣਾਂਗੇ। ਅੱਜ ਤੁਸੀਂ ਮੂੰਹ ਭਰ ਕੇ ਇੰਨੀ ਗੱਲ ਕਹਿਤੀ ਕਿ ਜੇ ਜਾਇਦਾਦ 'ਚ ਮੈਨੂੰ ਭਾਈਵਾਲ ਨਹੀਂ ਕਰਨਾ ਤੇ ਚੱਲ ਜਾ ਇੱਥੋਂ। ਤੇ ਹੁਣ ਵੀ ਇਕੱਠੇ ਰਵਾਂਗੇ ਆਪਾਂ? ਮੈਂ ਤਾਂ ਹੁਣ ਵੀ ਕਹਿੰਦਾ ਇਕੱਠੇ ਰਵਾਂਗੇ, ਕਰਾ ਦਿਓ ਮੇਰੇ ਨਾਲ ਸਾਰਾ ਕੁਛ, ਮੈਂ ਤੈਨੂੰ ਥੋੜ੍ਹੀ ਛੱਡਣ ਦਿਆਂ। ਜਾ ਮੰਮੀ ਨਾਲ ਕਰ ਲਾ ਗੱਲ, ਵੈਸੇ ਵੀ ਤੂੰ ਹੀ ਦੇ ਦੇਣਾ ਕਿਸੇ ਨੂੰ, ਸਾਰਾ ਕੁਛ ਤੇਰਾ ਹੀ ਆ ਤੇ ਤੇਰਾ ਜੋ ਮੇਰਾ ਹੀ ਆ। ਬੜੀ ਸੋਹਣੀ ਗੱਲ ਆ, ਜੇ ਮੈਂ ਤੁਹਾਨੂੰ ਦੇਣੀ ਆ ਸਾਰਾ ਕੁਝ ਫਿਰ ਆਪਾਂ ਇਕੱਠੇ ਰਹਿੰਦੇ ਹਾਂ, ਤੇ ਜੇ ਮੈਂ ਨਹੀਂ ਦੇਂਦੀ ਕੁਝ ਫਿਰ ਸਾਡਾ ਕੋਈ ਰਿਸ਼ਤਾ ਨਹੀਂ। ਠੀਕ ਆ, ਫੈਸਲਾ ਮੈਂ ਲੈਂਦੀ ਹਾਂ, ਇਹੋ ਜਿਹਾ ਰਿਸ਼ਤਾ ਮੈਂ ਕੋਈ ਰੱਖਣਾ ਹੀ ਨਹੀਂ ਚਾਹੁੰਦੀ ਜਿਹੜਾ ਰਿਸ਼ਤਾ ਪੈਸਿਆਂ ਤੇ ਟਿਕਿਆ ਹੋਵੇ। ਨਹੀਂ ਰੱਖਣਾ ਤੇ ਨਾ ਰੱਖ। ਠੀਕ ਆ, ਆਪਣੀ ਮਾਂ ਦੀਆਂ ਹੱਥ ਦੀਆਂ ਪੱਕੀਆਂ ਦਿਖਾਓ, ਆਪਾਂ ਚੱਲੇ ਹਾਂ ਇੱਥੋਂ। ਦੀਦੀ ਵੀ ਇੱਕ ਵਾਰੀ ਗੱਲ ਕਰ ਲੈਂਦੇ ਆ ਭਾਅ ਜੀ ਨਾਲ, ਉਹ ਵੀ ਇੱਦਾਂ ਕਹਿਣਗੇ ਤੇ ਠੀਕ ਆ, ਅਸੀਂ ਦੋਵੇਂ ਇੱਥੋਂ ਚੱਲ ਜਾਂਗੇ, ਆਪਣੀ ਮਾਂ ਨਾਲ ਇੱਥੇ ਸੁਖੀ ਰਹੋ। ਜਾ ਜਾ। ਤੇ ਮੇਰੀ ਗੱਲ ਸੁਣ ਲਓ, ਥੋੜ੍ਹੇ ਜਿਹੇ ਦਿਨਾਂ 'ਚ ਡਿਵੋਰਸ ਦੇ ਪੇਪਰ ਤਿਆਰ ਕਰਾ ਲਓ, ਮੈਂ ਸਾਈਨ ਕਰਨ ਨੂੰ ਤਿਆਰ ਹਾਂ। ਲੱਗੀ ਸਮਝ? ਤੁਹਾਡੇ ਵਰਗੇ ਪਖੰਡੀਆਂ ਨਾ ਮੈਂ ਰਹਿਣਾ ਹੀ ਨਹੀਂ। ਤੈਨੂੰ ਡਿਵੋਰਸ ਚਾਹੀਦਾ ਨਾ, ਕਰਾ ਲਈ ਪੇਪਰ ਤਿਆਰ, ਕਰ ਦੂੰਗਾ ਸਾਈਨ ਮੈਂ। ਮੈਨੂੰ ਨਹੀਂ ਚਾਹੀਦਾ, ਤੁਹਾਨੂੰ ਚਾਹੀਦਾ ਆ। ਤੁਸੀਂ ਅਸਲੀਅਤ ਦੱਸਿਓ ਨਾ ਜਾ ਕੇ ਕੋਰਟ 'ਚ ਕਿ ਏਦਾਂ ਮੈਂ ਵਿਆਹ ਕਰਾਇਆ ਸੀ। ਕਿੱਦਾਂ ਕਰਾਇਆ ਗਿਆ? ਕਿੱਦਾਂ ਕਰਾਇਆ ਸੀ? ਧੋਖੇ ਨਾ। ਕੋਈ ਧੋਖੇ ਨਾਲ ਨਹੀਂ, ਕਿਉਂਕਿ ਲੋੜ ਤਾਂ ਤੁਹਾਨੂੰ ਰੁਪਈਆਂ ਦੀ ਸੀ। ਲਾਲਚੀ ਬੰਦੇ ਹੋ, ਸਾਰਾ ਕੁਝ ਉਹਨੂੰ ਦੱਸਿਓ ਤੇ ਫਿਰ ਪੇਪਰ ਤਿਆਰ ਕਰਾ ਦਿਓ, ਮੈਂ ਸਾਈਨ ਕਰਨ ਨੂੰ ਤਿਆਰ ਹਾਂ। ਜਾ ਤੂੰ ਦਿਮਾਗ ਨਾ ਖਾ ਮੇਰਾ, ਨਾਲੇ ਮੰਮੀ ਨਾਲ ਸੋਚ ਨਹੀਂ ਜਾ ਕੇ ਆਪਣੀ ਨਾਲ ਕਰ ਲਈ ਸਲਾਹ। ਤੁਹਾਡੇ ਵਰਗਾ ਬੰਦਾ ਮੈਂ ਨਹੀਂ ਜ਼ਿੰਦਗੀ 'ਚ ਵੇਖਿਆ, ਇੰਨੀ ਦੁਨੀਆ ਵੇਖੀ ਹੈ, ਸੁਣਦੀ ਹੁੰਦੀ ਸੀ ਕਿ ਕੁੜੀਆਂ ਨਾਲ ਧੋਖਾ ਹੋਇਆ। ਹਾਂ ਕੁੜੀ ਰੋਂਦੀ ਹੈ ਪੇਕੇ ਆਣ ਕੇ ਬੈਠੀ ਹੈ, ਹਾਂ ਕੁੜੀ ਰੋਂਦੀ ਹੈ ਪੇਕੇ ਆਣ ਕੇ ਬੈਠੀ ਹੈ, ਪਰ ਮੈਨੂੰ ਨਹੀਂ ਪਤਾ ਕਿ ਮੈਨੂੰ ਖੁਦ ਨੂੰ ਇਹੋ ਜਿਹਾ ਬੰਦਾ ਟੱਕਰ ਜੂਗਾ
ਜਿਹੜਾ ਮੇਰੀ ਜ਼ਿੰਦਗੀ ਬਰਬਾਦ ਕਰ ਦੂਗਾ। ਤੇ ਨਾ ਜਾ ਪੇਕੇ, ਤੈਨੂੰ ਕੌਣ ਕਹਿਣ ਦਿਆ? ਮੈਂ ਚੱਲ ਜਾਣਾ, ਮੰਮੀ ਨੂੰ ਫੋਨ ਕਰਦੇ ਕਹਿ ਪੇਪਰ ਤਿਆਰ ਕਰ ਲਓ, ਮੈਂ ਜਾ ਕੇ ਕਰਾਉਂਦਾ ਸਾਰਾ ਕੰਮ। ਮੰਮੀ ਤੂੰ ਵੀ ਖੁਸ਼ ਰਹਿ ਇੱਥੇ। ਮੰਮੀ ਤੇ ਤੁਹਾਨੂੰ ਰੱਬ ਸਮਝਦੀ ਹੈ। ਇੱਕ ਗੱਲ ਭੁੱਲ ਕੇ ਵੀ ਕਿਤੇ ਮੇਰੇ ਘਰੇ ਨਾ ਪੈਰ ਪਾ ਦਿਓ, ਕਿਉਂਕਿ ਮੈਂ ਆਪਣੀ ਮਾਂ ਨੂੰ ਅਜੇ ਤੱਕ ਕੁਝ ਨਹੀਂ ਦੱਸਿਆ। ਨਾ ਉਹਨੂੰ ਫੋਨ ਕਰਿਓ ਤੇ ਨਾ ਮੇਰੇ ਘਰੇ ਆਇਓ। ਜਦ ਮੇਰੀ ਕੋਈ ਵੈਲਿਊ ਨਹੀਂ, ਮੈਂ ਉੱਥੇ ਕੀ ਕਰਨਾ ਆ ਕੇ? ਹਾਂ ਹੁਣ ਕਾਹਦੀ ਵੈਲਿਊ ਆ? ਉੱਥੇ ਤੇ ਆਉਂਦੇ ਸੀ ਤੁਸੀਂ ਲੈਣ, ਕਬਜ਼ਾ ਕਰਨ, ਮਿੱਠੇ ਬਣਨ। ਮੈਨੂੰ ਪਤਾ ਨਹੀਂ ਕਿ ਮੇਰੀ ਮਾਂ ਕੋਲ ਜਾ ਕੇ ਉੱਥੇ ਘਰ ਜਵਾਈ ਬਣਨ ਦੀਆਂ ਕਿਹੜੀਆਂ ਸਲਾਹਾਂ ਹੁੰਦੀਆਂ ਸੀ। ਉਹ ਇਹੋ ਸਲਾਹਾਂ ਸੀ ਕਿ ਹੌਲੀ 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 ਮੈਂ ਆਪਣੇ ਹੱਥ 'ਚ ਕਰਾਂ ਸਾਰਾ ਕੁਝ। ਠੀਕ ਹੈ, ਬਸ ਤੁਹਾਡਾ ਇਹੋ ਫੈਸਲਾ ਪੁੱਛਣਾ ਸੀ ਮੈਂ ਕਿ ਤੁਸੀਂ ਦਿਲੋਂ ਕੀ ਚਾਹੁੰਦੇ ਹੋ। ਇਹੋ ਹੀ ਚਾਹੁੰਦੇ ਹੋ ਨਾ? ਜੋ ਤੁਹਾਡੀ ਮਾਂ ਚਾਹੁੰਦੀ ਹੈ ਉਹ ਤੁਸੀਂ ਮੁੰਡੇ ਗਾਂ ਚਾਹੁੰਦੇ ਹੋ। ਤੁਹਾਡਾ ਆਪਣਾ ਤਾਂ ਕੋਈ ਦਿਲ ਦਿਮਾਗ ਨਹੀਂ, ਉਹਦੇ ਦਿਮਾਗ ਨਾਲ ਚੱਲਣ ਡੇ ਜੇ ਤੁਸੀਂ। ਸਾਰੇ ਬੱਚੇ ਮਾਂ ਪਿਓ ਦਿਮਾਗ ਨਾਲ ਚੱਲਦੇ ਆ। ਠੀਕ ਹੈ ਕੋਈ ਗੱਲ ਨਹੀਂ, ਚਲੋ ਮੇਰੀ ਕਿਸਮਤ। ਚਲੋ ਕੋਈ ਨਹੀਂ, ਦੇ ਤਲਾਕ ਤੋਂ ਆਪਾਂ ਲੱਭਦੇ ਕੋਈ ਹੋਰ ਨਵੀਂ ਮੁਰਗੀ। ਇਸ ਬੰਦੇ ਨੂੰ ਤੇ ਕੋਈ ਫਰਕ ਨਹੀਂ ਮੈਂ ਇਸ ਘਰ 'ਚ ਰਵਾਂ ਜਾਂ ਨਾ ਰਵਾਂ, ਰਹਿ ਕੇ ਕਰੂੰਗੀ ਵੀ ਕੀ ਇਹੋ ਜਿਹੇ ਲੋਕਾਂ ਦੇ ਘਰੇ। ਇਹਨਾਂ ਨੂੰ ਸਬਕ ਸਿਖਾਉਣ ਲਈ ਕੁਛ ਤਾਂ ਕਰਨਾ ਹੀ ਪਊਗਾ ਮੈਨੂੰ। ਮੈਂ ਤਾਂ ਚੂੜਾ ਵੀ ਲਾ ਕੇ ਸੁੱਟਤਾ ਗੁੱਸੇ 'ਚ, ਮੇਰੀ ਮਾਂ ਵੇਖੂਗੀ ਮੈਨੂੰ ਇੱਦਾਂ, ਉਹਨੂੰ ਤਾਂ ਸ਼ੱਕ ਪੈਣਾ ਹੀ ਪੈਣਾ। ਚੱਲ ਮਨਾ, ਕਾਹਦੇ ਸਗਨ ਵਿਆਹ ਰਹਿ ਗਈ ਜਦੋਂ ਅੱਗੋਂ ਹਮ ਸਫ਼ਰ ਹੀ ਨਹੀਂ ਵਧੀਆ ਮਿਲਿਆ, ਲਾਲਚੀ ਅਤੇ ਠੱਗ ਮਿਲਿਆ। ਚੱਲ ਮੰਮੀ ਦਾ ਮਾਣ ਰੱਖ ਲਈ ਮੈਂ ਚੂੜਾ ਪਾ ਲੈਂਦੀ ਤਾਂ ਕਿ ਉਹਨਾਂ ਨੂੰ ਸ਼ੱਕ ਨਾ ਪਵੇ ਕਿ ਮੇਰੀ ਧੀ ਦੁਖੀ ਹੋ ਕੇ ਉਹ ਘਰ ਛੱਡ ਕੇ ਆਈ। ਦੀਦੀ ਨੂੰ ਵੀ ਪੁੱਛਦੀ ਕਿ ਤੂੰ ਵੀ ਭਾਜੀ ਨਾਲ ਗੱਲ ਕਰ ਲਾ, ਜੇ ਸਹੀ ਰਹਿੰਦੇ ਆ ਤਾਂ ਠੀਕ ਹੈ, ਨਹੀਂ ਤਾਂ ਤੂੰ ਵੀ ਮੇਰੇ ਨਾਲ ਹੀ ਚੱਲ। ਮੇਰੀ ਗੱਲ ਸੁਣੋ, ਮੈਂ ਤਾਂ ਚੱਲੀ ਹਾਂ ਆਪਣੀ ਮੰਮੀ ਵੱਲ। ਕਰ ਲਈ ਅਮਨ ਨਾਲ ਗੱਲ ਤੂੰ? ਹਾਂ ਕੀ ਕਹਿੰਦੇ? ਉਹ ਕਿਸੇ ਤੌਰ 'ਤੇ ਨਹੀਂ ਆਉਂਦੀ, ਉਹ ਕਹਿੰਦੇ ਜੋ ਮੇਰੀ ਮਾਂ ਦਾ ਫੈਸਲਾ ਵਾ ਉਹ ਮੇਰਾ ਫੈਸਲਾ ਵਾ। ਤੁਸੀਂ ਜਾ ਸਕਦੇ ਹੋ, ਮੈਂ ਤਾਂ ਫਿਰ ਕਹਿਤਾ ਗੁੱਸੇ 'ਚ, ਮੈਂ ਕਿਹਾ ਡਿਵੋਰਸ ਦੇ ਪੇਪਰ ਤਿਆਰ ਕਰਾ ਲਾ ਅਤੇ ਮੈਂ ਸਾਈਨ ਕਰਨ ਨੂੰ ਤਿਆਰ। ਫਿਰ ਵੀ ਨਹੀਂ ਬੋਲਿਆ ਕੁਛ? ਨਾ
ਕਹਿੰਦੇ ਠੀਕ ਹੈ ਬੜਾ ਢੀਠ ਲਾਵੀ ਤੇ ਸ਼ਮੀ ਤੂੰ ਚੂੜਾ ਫੇਰ ਪਾ ਲਿਆ ਤੂੰ ਤੇ ਸੁੱਟਤਾ ਸੀ ਨਾ ਲਾ ਕੇ ਇਹਨੂੰ ਕੀ ਕਰਾਂ ਦੀਦੀ ਜਦੋਂ ਆਪਣੀ ਮਾਂ ਦੇ ਘਰੇ ਜਾਊਂਗੀ ਉਹਨੂੰ ਵਿਚਾਰੀ ਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਉਹਨੇ ਮੈਨੂੰ ਕਹਿਣਾ ਅੱਜ ਚਾਰ ਦਿਨ ਨਹੀਂ ਹੋਏ ਚੂੜਾ ਘਰ ਤੋਂ ਲਾ ਤਾ ਮੈਂ ਜੋ ਮਰਜ਼ੀ ਵੀ ਬਹਾਨੇ ਲਾ ਲਏ ਨਾ ਉਹਨਾਂ ਨੂੰ ਸ਼ੱਕ ਪੈ ਜਾਣਾ ਇੱਕ ਅਮਨ ਨੇ ਉੱਥੇ ਨਹੀਂ ਜਾਣਾ ਇੱਕ ਮੈਂ ਚੂੜਾ ਲਾ ਲੈਣਾ ਵਾ ਇੱਕ ਮੇਰਾ ਮੂੰਹ ਵੇਖ ਕੇ ਸਮਝ ਜਾਣਗੇ ਉਹ ਤੇ ਚੱਲ ਮੈਂ ਖੁਸ਼ ਰਹਿਣ ਦਾ ਡਰਾਮਾ ਕਰ ਲੂੰਗੀ ਪਰ ਚੂੜਾ ਮੈਨੂੰ ਪਾਉਣਾ ਹੀ ਪੈਣਾ ਵਾ ਆਹ ਵੀ ਗੱਲ ਚੰਬੀ ਤੇਰੀ ਠੀਕ ਹੈ ਜੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਤੇ ਹੋਰ ਬਿਮਾਰ ਹੋ ਜਾਣਾ ਵਾ ਸੋਚ ਸੋਚ ਕੇ ਮਾਵਾਂ ਨੂੰ ਬੜਾ ਦੁੱਖ ਹੁੰਦਾ ਧੀਆਂ ਦਾ ਹੋਰ ਕੀ ਹੈ ਦੀਦੀ ਮਾਵਾਂ ਇੱਕ ਵਾਰੀ ਮਹਾਂ ਬੋਝ ਲਾਉਂਦੀਆਂ ਵਾ ਧੀਆਂ ਨੂੰ ਵਿਆਹ ਕੇ ਕਿ ਚੱਲ ਮੈਂ ਨਾ ਆਪਣੇ ਸਿਰੋਂ ਭਾਰ ਲਾ ਦਿੱਤਾ ਵਾ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਕਿ ਭਾਰ ਫਿਰ ਉੱਡੇ ਦਾ ਉੱਡੇ ਰਹਿ ਗਿਆ ਜਦੋਂ ਇਹੋ ਜਿਹੇ ਬੰਦੇ ਮਿਲ ਜਾਂਦੇ ਨਾ ਡਬਲ ਭਾਰ ਪੈ ਜਾਂਦਾ ਵਾ ਮਾਂ ਪਿਓ ਦੇ ਮੈਂ ਨਹੀਂ ਨਾ ਪਾਉਣਾ ਚਾਹੁੰਦੀ ਆਪਣੀ ਮਾਂ 'ਤੇ ਬਹੁਤ ਜ਼ਿਆਦਾ ਭਾਰ ਉਹ ਆਪਣੀ ਖੁਸ਼ੀ ਨਾ ਦੇਵੇ ਸੌ ਵਾਰੀ ਚੀਜ਼ ਦੇਵੇ ਅਸੀਂ ਮੰਗ ਕੇ ਕਾਹਤੋਂ ਫੋਰਸ ਕਰ ਚੀਜ਼ਾਂ ਲੈ ਕੇ ਆਈਏ ਕੀ ਗੱਲ ਇਹ ਹੈ ਨਹੀਂ ਕਹੀ ਜੋਗੇ ਮੈਂ ਹੁਣ ਇਹੋ ਫੈਸਲਾ ਕੀਤਾ ਠੀਕ ਹੈ ਜੇ ਇਹਨਾਂ ਨੂੰ ਫਰਕ ਨਹੀਂ ਨਾ ਪੈਂਦਾ ਤੇ ਆਪਾਂ ਵੀ ਪੇਕੇ ਜਾ ਕੇ ਬਹਿ ਜਾਂਦੇ ਇਹਨਾਂ ਦੀ ਮਾਂ ਪਕਾਵੇ ਰੋਟੀਆਂ ਤੇ ਇਹ ਖਾਣ ਮਸਾਲੇ ਲਾ ਲਾ ਕੇ ਨਾਲੇ ਮੈਂ ਵੇਖੂੰਗੀ ਫਿਰ ਕਿੱਥੋਂ ਨੋਟ ਆਉਂਦੇ ਇਹਨਾਂ ਨੂੰ ਸ਼ਮੀ ਤੂੰ ਤੇ ਗੱਲ ਅਮਨ ਨਾਲ ਕਰ ਲਈ ਆ ਪਤਾ ਨਹੀਂ ਮੈਨੂੰ ਤਾਂ ਡਰ ਹੀ ਲੱਗੀ ਜਾਣ ਦਿਆ ਵਾ ਇਹਨਾਂ ਤੋਂ ਦੀਦੀ ਮੈਂ ਕਿੱਦਾਂ ਗੱਲ ਕਰਾਂ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਹਾਂ ਤੁਸੀਂ ਭਾਜੀ ਮੈਂ ਇੱਕ ਵਾਰੀ ਗੱਲ ਕਰੋ ਖੁੱਲ੍ਹ ਕੇ ਤਕੜੇ ਹੋ ਕੇ ਜੇ ਕਹਿੰਦੇ ਜੇ ਤਾਂ ਮੈਂ ਤੁਹਾਡੇ ਲਾਗੇ ਕੋਈ ਨਹੀਂ ਤੁਸੀਂ ਇੰਨੀ ਗੱਲ ਕਹਿ ਦਿਓ ਕਿ ਜੇ ਮੈਂ ਖਰਚਾ ਆਪਣੇ ਘਰੋਂ ਹੀ ਲਿਆ ਕੇ ਇੱਥੇ ਵਰਤਣਾ ਵਾ ਨਾ ਤਾਂ ਮੈਂ ਇੱਥੇ ਨਹੀਂ ਰਹਿਣਾ ਇਹ ਫੈਸਲਾ ਤੁਹਾਡਾ ਹੋਣਾ ਚਾਹੀਦਾ ਭਾਜੀ ਦਾ ਨਹੀਂ ਹੋਣਾ ਚਾਹੀਦਾ ਤੁਹਾਨੂੰ ਇੱਥੋਂ ਕੱਢਣ ਦਾ ਤੁਸੀਂ ਖੁਦ ਇਹ ਘਰ ਛੱਡ ਕੇ ਜਾਓਗੇ ਲੱਗੀ ਸਮਝ ਚੱਲ ਠੀਕ ਆ ਚੰਮੀ ਮੈਂ ਤੇ ਅਮਨ ਨੂੰ ਸਿਰਫ ਇਹ ਚੀਜ਼ ਤਾਂ ਪੁੱਛੀ ਆ ਕਿਉਂਕਿ ਅਸੀਂ ਤੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਪੁੱਛੋ ਛੱਡੋ ਕੰਮ ਕੁੰਮ ਆਪੇ ਕਰਦੀ ਰਹੂਗੀ ਮਾੜੀ ਲਿਸੀ ਨਹੀਂ ਕਿਸੇ ਪਾਸਿਓਂ ਡੇਈ ਹੋਣੀ ਜਨਾਨੀਆਂ ਨੇ ਇੱਥੇ ਜਾ ਕੇ ਗੱਲਾਂ ਕਰਨ ਮੇਰੇ ਘਰ ਆ ਆਇਆ ਮੇਰੇ ਘਰ ਉਹ ਆਇਆ ਮੇਰੇ ਪੁੱਤੇ ਕਮਾਈ ਬੜੀ ਕਰਦੇ ਆ ਬਾਹਰ ਆਹ ਲਫਾਫੇ ਬਣਾਉਂਦੀ ਜੇ ਉਹ ਤੇ ਪਤਾ ਲੱਗ ਹੀ ਜਾਣਾ ਲੋਕਾਂ ਨੂੰ ਕਿੰਨੀ ਕੁ ਕਮਾਈ ਕਰਦੇ ਆ ਤੁਹਾਨੂੰ ਪਤਾ ਜਿੱਦਣ ਉਹ ਦਿਨ ਆਪਾਂ ਬਾਜ਼ਾਰ ਜਾਣ ਡੇ ਸੀ ਤੇ ਮਨਜੀਤ ਆਂਟੀ ਮਿਲੇ ਸੀ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਕਹਿੰਦੇ ਤੇਰੀ ਮੰਮੀ ਬੜੀਆਂ ਸਿਫਤਾਂ ਕਰਦੀ ਮੁੰਡਿਆਂ ਦਾ ਕੰਮ ਕਾਰ ਹੁਣ ਬੜਾ ਵਧੀਆ ਵਾ ਕਹਿੰਦੀ ਉਹਨਾਂ ਦਾ ਤਾਂ ਬੜਾ ਕੰਮ ਹੋ ਗਿਆ ਹੁਣ ਮਹਾਰਾਜ ਦੀ ਸਾਡੇ ਤੇ ਫੁੱਲ ਕਿਰਪਾ ਵਾ ਪਹਿਲੇ ਮੈਂ ਦੱਸਣ ਲੱਗੀ ਸੀ ਕਿ ਫੁੱਲ ਕਿਰਪਾ ਕੋਈ ਨਹੀਂ ਆ ਜਨਾਨੀਆਂ ਨੂੰ ਨੋਚ ਨੋਚ ਡਏ ਆ ਖਾਣ ਉਹਨਾਂ ਦੇ ਪੇਕਿਆਂ ਨੂੰ ਵੀ ਉੱਥੋਂ ਲਿਆਓ ਸ਼ਮੀ ਲੋਕਾਂ ਨੇ ਤੇ ਉਹੀ ਵੇਖਣਾ ਵਾ ਨਾ ਜੋ ਅਸੀਂ ਆਪਾਂ ਉਹਨਾਂ ਨੂੰ ਵਿਖਾਉਣਾ ਵਾ ਉਹਨਾਂ ਨੂੰ ਕੀ ਪਤਾ ਵਿੱਚ ਕੀ ਹੋਣ ਦਿਆ ਚਲੋ ਤੁਸੀਂ ਕਰੋ ਗੱਲ ਸ਼ਮੀ ਤੂੰ ਨਾ ਆਈ ਮੈਂ ਆਪੇ ਗੱਲ ਕਰਦੀ ਹਾਂ ਐਵੇਂ ਫਿਰ ਤੇਰੀ ਵੀ ਬੇਇੱਜ਼ਤੀ ਕਰਨਗੇ ਦੀਦੀ ਡਰਨਾ ਛੱਡ ਦਿਓ ਬਹੁਤ ਡਰ ਰਿਹਾ ਤੁਸੀਂ ਬੜਾ ਘੁੱਟ ਘੁੱਟ ਕੇ ਜੀ ਲਿਆ ਜੇ ਅਸੀਂ ਇੱਦਾਂ ਹੀ ਡਰ ਡਰ ਕੇ ਜੀਂਦੇ ਰਹੇ ਨਾ ਇਹਨਾਂ ਨੇ ਹੋਰ ਹਾਵੀ ਹੋਣਾ ਸਾਡੇ ਉੱਤੇ ਘਰ ਸਾਡਾ ਇਕੱਲਿਆਂ ਦਾ ਨਹੀਂ ਉਜੜਨਾ ਨਾਲ ਇਹਨਾਂ ਦਾ ਵੀ ਉਜੜਨਾ ਵਾ ਕਰੋ ਗੱਲ ਜਾ ਕੇ ਜੇ ਪਾਣੀ ਸਿਰੋਂ ਲੰਘਿਆ ਤਾਂ ਮੈਂ ਆ ਜਾਊਂਗੀ ਸ਼ਮੀ ਇਹਨਾਂ ਨਾਲ ਤਾਂ ਮੈਂ ਗੱਲ ਕਰ ਲੈਂਦੀ ਹਾਂ ਇਹ ਵੱਤੋ ਵੱਧ ਕੀ ਕਹਿ ਦੇਣਗੇ ਕਿ ਜਾ ਦਫਾ ਹੋ ਪਰ ਸ਼ਮੀ ਮੈਂ ਪੇਕੇ ਕਿੰਨਾ ਕੁ ਚਿਰ ਜਾ ਕੇ ਬੈਠੀ ਰਹੂੰਗੀ ਮੈਂ ਦੱਸੂੰਗੀ ਨਾ ਤੁਹਾਨੂੰ ਦੀਦੀ ਅੱਗੇ ਅੱਗੇ ਆਪਾਂ ਕੀ ਕਰਨਾ ਵਾ ਸਮਝੋ ਗੱਲ ਨੂੰ ਮੇਰੀ ਮੰਨੋ ਭਰੋਸਾ ਰੱਖੋ ਆਪਣੀ ਭੈਣ 'ਤੇ ਚੱਲ ਠੀਕ ਹੈ ਮੈਂ ਗੱਲ ਕਰਕੇ ਆਉਂਦੀ ਹਾਂ ਵਿਚਾਰੀ ਅੱਧੀ ਜ਼ਿੰਦਗੀ ਤਾਂ ਡਰ ਡਰ ਹੀ ਕੱਢਦੀ ਦੀਦੀ ਕਿਤੇ ਤਾਂ ਸੁੱਖ ਦੇ ਦਿਨ ਆਉਣਗੇ ਜੇ ਆਪਾਂ ਕੋਈ ਸਟੈਪ ਨਾ ਉਠਾਇਆ
ਇਹਨਾਂ ਨੇ ਹੋਰ ਭੂਏ ਚੜ੍ਹੀ ਜਾਣਾ ਵਾ। ਇਹ ਕੁਛ ਕਰਨਾ ਬਹੁਤ ਜ਼ਰੂਰੀ ਆ। ਮੈਂ ਤੁਹਾਨੂੰ ਦੱਸਾਂਗੀ ਅੱਗੇ ਅੱਗੇ ਆਪਾਂ ਕਰਨਾ ਕੀ ਹੈ। ਮੈਂ ਕੋਈ ਗੱਲ ਕਰਨੀ ਤੁਹਾਡੇ ਨਾਲ। ਯਾਰ ਤੂੰ ਕੀ ਗੱਲ ਕਰਨੀ ਹੁੰਦੀ ਦੂਜੇ ਰਹਿਣੀ ਹੈ, ਨਾ ਮੈਨੂੰ ਸਿਰ ਦੀ ਰੋਟੀ ਨਾ ਪਾਣੀ, ਪਹਿਲੇ ਮੈਨੂੰ ਰੋਟੀ ਪਾਣੀ ਤੇ ਦੇ ਲਾ। ਬਸ ਰੋਟੀ ਪਾਣੀ ਦਿੰਦੇ ਰਹੋ, ਗੱਲ ਨਾ ਤੁਹਾਡੇ ਨਾਲ ਕੋਈ ਕਰੋ। ਤੇ ਹੋਰ ਗੱਲ ਕੀ ਰੱਖਿਆ ਤੁਹਾਨੂੰ, ਰੋਟੀ ਪਾਣੀ ਦੇਣਾ, ਹੋਰ ਤੁਸੀਂ ਕੀ ਕਰਨਾ ਵਾ। ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਪਰਸੋਂ ਕਿ ਖਰਚੇ ਬਾਰੇ ਕੀ ਸੋਚਿਆ ਜੀ ਉਹਦੇ ਬਾਰੇ। ਕੀ ਸੋਚਣਾ ਉਹਦੇ ਬਾਰੇ ਕੀ ਸੋਚਣਾ, ਜੋ ਮੰਮੀ ਨੇ ਫੈਸਲਾ ਕੀਤਾ ਠੀਕ ਹੀ ਕੀਤਾ। ਅੱਛਾ ਤੁਸੀਂ ਮੰਮੀ ਦੇ ਫੈਸਲੇ ਤੇ ਹੀ ਰਹਿਣਾ ਵਾ, ਆਪਣਾ ਦਿਮਾਗ ਨਹੀਂ ਵਰਤਣਾ ਕੋਈ। ਮੈਂ ਆਪਣਾ ਦਿਮਾਗ ਵਰਤਣਾ, ਤੂੰ ਵਰਤ ਆਪਣਾ ਦਿਮਾਗ। ਯਾਰ ਤੁਸੀਂ ਸਾਨੂੰ ਵਿਆਹ ਕੇ ਲਿਆਏ ਜੇ, ਤੁਹਾਡਾ ਫਰਜ਼ ਬਣਦਾ ਵਾ ਸਾਡਾ ਖਰਚਾ ਚੁੱਕਣ ਦਾ, ਨਾ ਕਿ ਮਾਂ ਪਿਓ ਦਾ। ਯਾਰ ਮੇਰੀ ਇੱਕ ਗੱਲ ਸੁਣ ਲਾ, ਵਿਆਹ ਕੇ ਤਾਂ ਜ਼ਰੂਰ ਲਿਆਏ ਆ, ਪਰ ਖਰਚਾ ਤੁਸੀਂ ਜਿੱਦਾਂ ਪਹਿਲੇ ਲਿਆਉਂਦੇ ਨਾ ਆਪਣੇ ਘਰੋਂ, ਉੱਦਾਂ ਹੀ ਲੈ ਕੇ ਆਉਣਾ ਜੀ ਜੇ ਤੇ ਰਹਿਣਾ ਵਾ। ਠੀਕ ਆ, ਮੇਰੀ ਵੀ ਗੱਲ ਸੁਣ ਲਓ, ਮੈਂ ਵੀ ਕੋਈ ਖਰਚਾ ਨਹੀਂ ਉੱਥੋਂ ਲਿਆਉਣਾ, ਜੋ ਖਰਚਾ ਮੈਨੂੰ ਇੱਥੋਂ ਮਿਲੂਗਾ। ਤੇਰਾ ਤਾਂ ਨਾ ਦਿਮਾਗ ਖਰਾਬ ਹੋਈ ਜਾਂਦਾ, ਖਰਬੂਜਿਆਂ ਨੂੰ ਵੇਖ ਕੇ ਨਾ ਖਰਬੂਜਿਆਂ ਨੂੰ ਰੰਗ ਫੜੀ ਜਾਂਦੀ ਤੂੰ। ਤੂੰ ਵੀ ਸ਼ੰਮੀ ਦੇ ਲੱਛਣਾਂ ਤੇ ਚੱਲਣ ਲੱਗ ਪਈ ਆ। ਨਹੀਂ ਸਾਰੀ ਉਮਰ ਮੈਂ ਪੇਕਿਆਂ ਤੋਂ ਲਿਆ ਲਿਆ ਕੇ ਇੱਥੇ ਖਾਂਦੀ ਰਹੂੰਗੀ। ਤੇ ਘਿਓ ਕੀ ਹੈ, ਉੱਥੇ ਲਿਆਂਗੀ ਫੇਰ ਹੀ ਸਾਡੇ ਗੁਜ਼ਾਰੇ ਹੋਣੇ। ਅੱਛਾ ਆ ਤੁਹਾਡੇ ਹੱਥ ਪੈਰ ਰੱਬ ਨੇ ਕਾਹਦੇ ਵਾਸਤੇ ਦਿੱਤੇ ਆ, ਕਮਾਇਆ ਨਹੀਂ ਜਾਂਦਾ ਤੁਹਾਡੇ ਕੋਲੋਂ। ਮੇਰੀ ਗੱਲ ਸੁਣ, ਵਧੀ ਬਕਵਾਸ ਨਾ ਕਰ ਤੇ ਜਾ ਕੇ ਆਪਣੀ ਰੋਟੀ ਲਿਆ ਕੇ ਦੇ। ਠੀਕ ਆ, ਜੇ ਮੈਂ ਉੱਥੋਂ ਖਰਚੇ ਲਿਆਉਣੇ ਆ ਨਾ ਤੇ ਮੈਂ ਉੱਥੇ ਹੀ ਚੱਲ ਜਾਂਦੀ ਹਾਂ, ਮੈਂ ਨਹੀਂ ਇੱਥੇ ਰਹਿਣਾ। ਜਾ ਜੋ ਮਰਜ਼ੀ ਕਰ ਫਿਰ, ਜੋ ਤੇਰਾ ਦਿਲ ਕਰਦਾ ਨਾ ਤੇ ਦਿਮਾਗ ਜਾਂਦਾ ਤੇ ਕਰ ਲਾ ਜਿੱਦਾਂ ਦਿਲ ਕਰਦਾ, ਜਾ ਦਫਾ ਹੋ ਜਾ ਕੇ ਫਿਰ। ਚਲੋ ਠੀਕ ਆ ਫਿਰ ਚੱਲੀ ਹਾਂ ਮੈਂ। ਜਾ ਦਫਾ ਹੋ ਜਾ ਕੇ ਚੱਲੀ ਹਾਂ ਮੈਂ। ਉਹ ਚਲਾਕੋ ਮਾਸੀ ਮਗਰ ਲੱਗ ਕੇ ਇਹਦਾ ਵੀ ਦਿਮਾਗ ਖਰਾਬ ਹੋ ਗਿਆ ਵਾ, ਜਾ ਕੇ ਪੇਕੇ ਜਦੋਂ ਪਕਾ ਕੇ ਖਾਣੀਆਂ ਪਈਆਂ ਨਾ ਇਹਨੂੰ ਤੇ ਲੱਗ ਜੂ ਪਤਾ ਇਹਨੂੰ, ਇੱਥੇ ਤੇ ਦੇ ਨਹੀਂ ਸਕਦੀ ਮਾਇਆ ਲਈ ਸਾਨੂੰ ਖਰਚਾ, ਉੱਥੇ ਪਤਾ ਨਹੀਂ ਕਿੱਦਾਂ ਪਕਾ ਕਾ ਖਵਾਓਗੀ ਇਹਨੂੰ। ਕੋਈ ਗੱਲ ਨਹੀਂ ਹੈ, ਆਜੂ ਟਾਂਗਾ ਟਿਕਾਣੇ ਇਹਦੀ, ਚਾਰ ਦਿਨ ਉੱਥੇ ਰਹੂਗੀ ਨਾ, ਲੱਗ ਜੂ ਪਤਾ ਇਹਨੂੰ ਫਿਰ ਵੀ ਆਪਣਾ ਘਰ ਆਪਣਾ ਹੀ ਹੁੰਦਾ ਵਾ। ਵੇਖੀ ਭੁੰਦੇ ਪੈਣੀ ਨਾ ਵਾਪਸ ਆਈ ਤੇ ਮੇਰਾ ਵੀ ਨਾਮ ਵਟਾ ਦੀ। ਜਦੋਂ ਇਹਨਾਂ ਨੇ ਪਹਿਲੇ ਦਿਨ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਖਰਚਾ ਆਪਣੀ ਮਾਂ ਕੋਲ ਲਿਆ ਕੇ ਇੱਥੇ ਵਰਤ, ਸਾਡੇ ਕੋਲ ਨਹੀਂ ਹੈਗਾ, ਉਦੋਂ ਹੀ ਤੁਹਾਨੂੰ ਸਟੈਪ ਉਠਾਉਣਾ ਚਾਹੀਦਾ ਸੀ ਦੀਦੀ। ਤੁਸੀਂ ਇੰਨੇ ਸਾਲ ਇੱਦਾਂ ਹੀ ਕੱਢ ਲਏ, ਉੱਥੋਂ ਖਰਚਾ ਲਿਆ ਲਿਆ ਕੇ ਇੱਥੇ ਗੁਜ਼ਾਰਾ ਕਰਦੇ ਰਹੇ, ਕਦੀ 2 ਲੱਖ, ਕਦੀ 3 ਲੱਖ, ਕਦੀ 4 ਲੱਖ, ਇਹਨਾਂ ਨੂੰ ਪੈ ਗਿਆ ਮੂੰਹ ਤੇ ਉਹ ਹੁਣ ਲੱਭਦੇ ਮੇਰੇ ਕੋਲ ਬਾਰਾਂ, ਦੂਜਾ ਮੇਰੇ ਹਿੱਸੇ ਸਾਰਾ ਕੁਝ ਆਉਣ ਡਿਆ ਵਾ। ਮੈਂ ਆਪਣੇ ਮਾਪਿਆਂ ਦੀ ਵੀ ਕੁੜੀ ਇਕੱਲੀ ਇਕੱਲੀ ਹਾਂ, ਇਹਨਾਂ ਨੇ ਕਿੱਥੇ ਸਾਨੂੰ ਜੀਣ ਦੇਣਾ ਵਾ। ਮੈਂ ਸਭ ਕੁਝ ਸੁਣ ਲਿਆ ਦੀਦੀ, ਭਾਅ ਜੀ ਨੇ ਕੀ ਕਿਹਾ ਵਾ, ਹੁਣ ਮੈਨੂੰ ਤੁਸੀਂ ਦੱਸੋ ਤੁਹਾਡਾ ਕੀ ਫੈਸਲਾ ਹੈ। ਫੈਸਲਾ ਹੁਣ ਜੰਮੀ ਕੀ ਹੈ, ਹੁਣ ਮੈਂ ਜਾਣਾ ਇੱਥੋਂ, ਜੇ ਹੁਣ ਵੀ ਮੈਂ ਨਾ ਗਈ ਤੇ ਇਹਨਾਂ ਨੇ ਹੋਰ ਮੈਨੂੰ ਜੁੱਤੀਆਂ 'ਚ ਪਾਣੀ ਪਿਆਉਣਾ ਵਾ, ਤੈਨੂੰ ਪਤਾ ਹੀ ਆ ਫਿਰ ਇਹਨਾਂ ਦਾ। ਪੱਕਾ ਨਾ ਕਿ ਹੁਣ ਗਈ ਕਿਉਂ ਨਹੀਂ ਫਿਰ। ਬਸ ਕਰੋ ਪੈਕਿੰਗ ਤੇ ਆਪਾਂ ਇਕੱਠੇ ਘਰੋਂ ਨਿਕਲੀਏ, ਤੇ ਮਾਂ ਜਿਹੜੀ ਆਂਢ ਗੁਆਂਢ ਚੁਗਲੀਆਂ ਡਈ ਆ ਨਾ ਕਰਨ, ਜਾਂ ਸ਼ੋਸ਼ੇ ਬਾਜ਼ੀਆਂ ਡਾਉਣ ਡਈ, ਆਹ ਆਇਆ ਤੇ ਉਹ ਆਇਆ, ਉਹ ਆਣ ਕੇ ਜਦੋਂ ਇੱਥੇ ਰੋਟੀ ਬਣਾ ਕੇ ਇਹਨਾਂ ਨੂੰ ਖਵਾਊਗੀ ਨਾ, ਲੱਗ ਜੂ ਪਤਾ। ਇਹਨਾਂ ਨੂੰ ਜਿਹੜੀਆਂ ਮੁੱਖ ਦੀਆਂ ਸਾਰਾ ਦਿਨ ਕੰਮ ਵਾਲੀਆਂ ਲੱਭੀਆਂ ਵਾ, ਸਵੇਰੇ 5 ਵਜੇ ਤੋਂ ਉੱਠਦੀਆਂ ਵਾ ਤੇ ਰਾਤ ਨੂੰ 11 ਵਜੇ ਸੌਂਦੀਆਂ ਨੇ, ਸਾਰਾ ਘਰ ਚੁੱਕਿਆ ਸਿਰ ਤੇ, ਲੱਗ ਜੂ ਪਤਾ। ਚੱਲ ਠੀਕ ਆ ਕਰੋ ਪੈਕਿੰਗ, ਮੈਂ ਵੀ ਆਪਣਾ ਸਮਾਨ ਪੈਕ ਕਰਾਂ। ਸ਼ਮੀ
ਮੈਨੂੰ ਤੇ ਪਤਾ ਨਹੀਂ ਹੋਰ ਤਰ੍ਹਾਂ ਹੀ ਜਾਣ ਦਿਆ ਵਾ। ਮੇਰਾ ਕਿਹੜਾ ਮਨ ਕਰਦਾ ਕਿ ਮੈਂ ਇਸ ਘਰ ਨੂੰ ਛੱਡ ਕੇ ਜਾਵਾਂ। ਕਿੰਨੇ ਅਰਮਾਨਾਂ ਨੂੰ ਕਿੰਨੀ ਚਾਈ ਚਾਈ ਮੈਂ ਵਿਆਹ ਕਰਾਇਆ ਸੀ ਕਿ ਇਹ ਮੇਰਾ ਘਰ ਹੈ। ਮੇਰੀ ਡੋਲੀ ਇੱਥੇ ਆਈ ਆ ਅਤੇ ਅਰਥੀ ਜਾਊਗੀ ਇੱਥੇ, ਪਰ ਕੀ ਕਰੀਏ ਮਜਬੂਰ ਹੋ ਗਈ। ਇੱਥੇ ਸਾਡੀ ਜਗ੍ਹਾ ਨਹੀਂ ਹੈਗੀ। ਆਓ ਦੀਦੀ। ਚਲ ਗਈਆਂ ਤੇ ਕੋਈ ਗੱਲ ਨੀ, ਜਾ ਲੈਂਦੇ ਯਾਰ, ਕੁਛ ਨੀ ਹੁੰਦਾ। ਚਾਰ ਦਿਨ ਰਹਿਣਗੇ ਨਾ ਪੇਕੇ ਘਰ ਤੇ ਲੱਗ ਜੂ ਪਤਾ। ਉਹਨਾਂ ਨੂੰ ਇਹ ਨੀ ਪਤਾ ਹੁੰਦਾ ਵੀ ਸਹੁਰਿਆਂ ਨਾਲ ਹੀ ਛਾਣ ਹੁੰਦੀ ਹੈ। ਮੇਰੇ ਵਾਲੀ ਤੇ ਕਹਿ ਗਈ ਮੈਂ ਤਲਾਕ ਲੈਣਾ। ਸਵਾਹ ਤਲਾਕ ਲੈਣਾ ਇਹਨਾਂ ਨੇ, ਐਵੇਂ ਪਖੰਡ ਕਰਦੀਆਂ। ਵੇਖੀ ਜਦੋਂ ਉੱਥੇ ਰਹੀਆਂ ਨਾ ਚਾਰ ਦਿਨ ਤੇ ਜਦੋਂ ਲੋਕਾਂ ਨੇ ਗੱਲਾਂ ਕੀਤੀਆਂ ਤੇ ਵੇਖੀ ਨਾ ਭੁੰਦੇ ਪੈਰੀ ਵਾਪਸ ਆਉਣਾ ਵਾ, ਚਿੰਤਾ ਨਾ ਲਾ ਲਓ। ਮੈਂ ਤਾਂ ਕਹਿ ਮੋਟੀ ਸਾਮੀ ਲੱਭੀ ਯਾਰ ਕੀ, ਸਾਰੀ ਜਾਇਦਾਦ ਇਹਦੇ ਨਾਂ ਤੇ ਸੀ, ਨਾ ਕੋਈ ਭੈਣ ਨਾ ਭਰਾ ਅੱਗੇ। ਕੰਮ ਖਰਾਬ ਤਾਂ ਨਹੀਂ ਹੋ ਗਿਆ ਮੇਰੇ ਹਿਸਾਬ ਨਾਲ? ਉਹ ਯਾਰ ਨਹੀਂ ਹੁੰਦਾ ਖਰਾਬ, ਚਿੰਤਾ ਨਾ ਲਾ, ਐਵੇਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕੋਈ ਵੀ। ਮੈਂ ਤੁਹਾਨੂੰ ਪਹਿਲਾਂ ਕਹਿੰਦਾ, ਮੰਮੀ ਨੂੰ ਵੀ ਕਿਹਾ ਕਿ ਜਰ ਲਓ ਥੋੜ੍ਹਾ ਜਿਹਾ, ਹੌਲੀ ਹੌਲੀ ਪਿਆਰ ਨਾਲ ਸਾਰਾ ਕੁਝ ਮੇਰੇ ਹੱਥ ਹੀ ਆ ਜਾਣਾ ਸੀ। ਉਹ ਮਾਂ ਤਾਂ ਉਹਦੀ ਆਪ ਮੈਨੂੰ ਕਹਿੰਦੀ ਸੀ ਵੀ ਤੂੰ ਆਹ ਵੀ ਲੈ ਲਾ, ਉਹ ਵੀ ਲੈ ਲਾ, ਹੁਣ ਪਤਾ ਨਹੀਂ ਇਹਨੇ ਕੀ ਕਿਹਾ ਤਾਂ ਉਹਨੂੰ, ਹੁਣ ਉਹ ਨਾ ਹੀ ਨਹੀਂ ਲੈਂਦੀ। ਯਾਰ ਤੈਨੂੰ ਮੈਂ ਸਮਝਾਇਆ ਨਾ, ਤੂੰ ਅਜੇ ਦੁਨੀਆ ਨਹੀਂ ਇੰਨੀ ਵੇਖੀ, ਮੈਨੂੰ ਸਭ ਕੁਝ ਪਤਾ ਵਾ ਵੀ ਜੋ ਚਾਰ ਦਿਨ ਉੱਥੇ ਆਪਣੇ ਪੇਕੇ ਘਰ ਰਹੀਆਂ ਨਾ ਤੇ ਲੋਕਾਂ ਨੇ ਤਾਨੇ ਮਾਰ ਮਾਰ ਕੇ ਇਹਨਾਂ ਨੂੰ ਮਾਰ ਦੇਣਾ ਵਾ ਵੀ ਉਹ ਕਿਉਂ ਇੱਥੇ ਰਹਿੰਦੀਆਂ, ਕੀ ਗੱਲ ਹੋਈ ਆ। ਇਹਨਾਂ ਨੇ ਆਪਣੇ ਆਪ ਹੀ ਵੇਖੀ ਵਾਪਸ ਆਉਣਾ ਵਾ। ਆਪਣਾ ਤਾਂ ਪਰ ਔਖਾ ਹੋ ਜਾਣਾ, ਹੁਣ ਮੰਮੀ ਕਿੱਦਾਂ ਕੰਮ ਕਾਰ ਕਰੂਗੀ? ਮੰਮੀ ਕਾਲਾ ਬਹੁਤਾ ਸੁਭਾਅ ਉਹਨਾਂ ਦਾ ਯਾਰ। ਚੱਲ ਕੋਈ ਨਹੀਂ ਯਾਰ, ਜੋ ਹੋ ਗਿਆ ਕੋਈ ਗੱਲ ਨਹੀਂ ਹੈ, ਐਵੇਂ ਤੂੰ ਘਬਰਾਈ ਜਾਂਦਿਆਂ। ਜੇ ਮੇਰਾ ਤਲਾਕ ਹੋ ਗਿਆ ਮੈਨੂੰ ਤਾਂ ਨਵੇਂ ਸਿਰੋਂ ਸਾਰੀ ਮਿਹਨਤ ਕਰਨੀ ਪੈਣੀ, ਫਿਰ ਕੋਈ ਕੁੜੀ ਲੱਭੂੰਗਾ ਵਸਾਊਂਗਾ। ਅੱਜ ਕੱਲ੍ਹ ਮੋਟੀਆਂ ਸਾਮੀਆਂ ਲੱਭਦੀਆਂ ਕਿੱਥੇ? ਉਹ ਭਰਾਵਾ ਇੱਕ ਗੱਲ ਤਾਂ ਮੈਂ ਵੀ ਸੋਚਣ ਦਿਆ ਵਾਂ, ਤੂੰ ਤਾਂ ਕੁੜੀ ਕਰਾ ਲਏਗਾ ਵਿਆਹ ਤਾਂ ਮੇਰਾ ਇਸ ਉਮਰੇ ਕਿੱਥੋਂ ਆਉਣਾ, ਤੇਰਾ ਤਾਂ ਹੋ ਜੂਗਾ। ਉਹ ਤੁਹਾਨੂੰ ਕਹਿੰਦਾ ਗਲਤੀ ਤਾਂ ਨਹੀਂ ਕਰਦੀ, ਭਾਬੀ ਨੂੰ ਤੁਸੀਂ ਰੋਕ ਲੈਂਦੇ, ਨਾਲੇ ਕੰਮ ਕਾਰ ਕਰਦੇ ਘਰ ਦਾ। ਚੱਲ ਯਾਰ ਕੋਈ ਗੱਲ ਨਹੀਂ, ਜੋ ਹੋਊਗਾ ਵੇਖੀ ਜਾਊਗੀ ਹੁਣ। ਚਲੋ ਮੰਮੀ ਨਾਲ ਵੀ ਕਰਨੀ ਗੱਲ, ਮੰਮੀ ਕਿੱਥੇ ਚੱਲ ਗਈ। ਉਮੀਦ ਆ ਵੀ ਚਾਰ ਕਿਤੇ ਜਦੋਂ ਰਹਿੰਦੀਆਂ ਨੇ ਨਾ ਕੁੜੀਆਂ ਪੇਕੇ ਘਰ ਤੇ ਉਹ ਨਹੀਂ ਚੱਲ ਸਕਦੇ ਹੁੰਦੇ, ਉਹਨਾਂ ਨੇ ਆਪਣੇ ਆਪ ਹੀ ਵੇਖੀ ਲੈ ਕੇ ਆਉਣਾ ਇਹਨਾਂ ਨੂੰ ਵਾਪਸ ਦੀ ਲੋੜ ਨਹੀਂ ਕੋਈ ਨਹੀਂ। ਮੈਂ ਦੇਖਾਂ ਮੰਮੀ ਨੂੰ, ਮੰਮੀ ਪਤਾ ਨਹੀਂ ਕਿੱਥੇ ਚੱਲ ਜਾਂਦੇ ਆ। ਤਾਂ ਵੇਖ ਮੰਮੀ ਨੂੰ ਵੇਖਦਾ, ਇੱਥੇ ਹੋਣੇ ਕਿਤੇ ਗੁਆਂਢੀਆਂ ਘਰ ਬੈਠੇ ਹੋਣੇ ਆ। ਭੁੱਖ ਵੀ ਲੱਗੀ ਮੈਨੂੰ ਆਸਰਾ ਦੀ। ਆਵਾਜ਼ ਮੰਮੀ ਨੂੰ ਮਾਰ ਯਾਰ, ਮੈਨੂੰ ਵੀ ਭੁੱਖ ਲੱਗ ਗਈ, ਇਹਨਾਂ ਘਰ ਰੋਟੀ ਪਕਾ ਦਿਓ। ਚਲੋ ਬੋਲਦਾ।